ਡੇਰੀ ਫਾਰਮ ਕਿਵੇਂ ਸਟਾਰਟ ਕਰਨਾ ਜ਼ੀਰੋ ਤੋਂ। ਮੈਨੂੰ ਨਾ ਬਹੁਤ ਮੈਸੇਜਸ ਆਉਂਦੇ ਨੇ ਇੰਸਟਾਗ੍ਰਾਮ 'ਤੇ, ਜੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਇੰਸਟਾਗ੍ਰਾਮ ਆਈਡੀ ਕੀ ਆ, ਆਪਣੀ ਤਾਂ ਇੰਸਟਾਗ੍ਰਾਮ ਆਈਡੀ ਹੈਗੀ ਆ ਗਰੇਵਾਲ ਫਾਰਮ 2020, ਠੀਕ ਆ, ਗਰੇਵਾਲ ਫਾਰਮ 2020, ਅਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ। ਅਤੇ ਬਾਕੀ ਕਾਫੀ ਵੀਡੀਓਜ਼ ਉੱਥੇ ਵੀ ਮੈਂ ਅਪਲੋਡ ਕਰਦਾ, ਡਿਫਰੈਂਟ ਸਟੋਰੀਜ਼ ਵਗੈਰਾ ਉੱਥੇ ਵੀ ਦੇਖ ਸਕਦੇ ਹੋ। ਤਾਂ ਕਾਫੀ ਮੈਸੇਜਸ ਆਉਂਦੇ ਨੇ ਇੰਸਟਾਗ੍ਰਾਮ 'ਤੇ ਵੀ ਡੇਅਰੀ ਫਾਰਮ ਬਾਰੇ ਸਾਨੂੰ ਦੱਸੀਏ ਵੀ ਅਸੀਂ ਡੇਅਰੀ ਫਾਰਮ ਕਿਵੇਂ ਸਟਾਰਟ ਕਰੀਏ, ਅਸੀਂ ਵੀ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਹਾਂ, ਸਭ ਕੁਝ ਕਰਨਾ ਚਾਹੁੰਦੇ ਹਾਂ, ਤਾਂ ਕਿੱਥੋਂ ਸਟਾਰਟ ਕਰੀਏ, ਅਤੇ ਸ਼ੈੱਡ ਕਿਵੇਂ ਬਣਾਉਣਾ, ਮੈਸ ਕਿਵੇਂ ਲੈ ਕੇ ਆਉਣੀ ਹੈ, ਯੇ ਵੋ ਜੋ ਵੀ ਆ। ਤਾਂ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਦਾ ਵੀ ਡੇਅਰੀ ਫਾਰਮਿੰਗ ਕਿਵੇਂ ਸਟਾਰਟ ਤੁਸੀਂ ਕਰ ਸਕਦੇ ਹੋ, ਅਤੇ ਕੀ ਕੁਛ ਮਤਲਬ ਵੀ ਉਹਦੇ 'ਚ ਕਰਨਾ ਪੈਂਦਾ। ਤਾਂ ਸਭ ਤੋਂ ਪਹਿਲਾਂ ਤਾਂ ਜਾਂ ਡੇਅਰੀ ਫਾਰਮ ਦਾ ਵਰਡ ਦਾ, ਡੇਅਰੀ ਫਾਰਮ ਮਤਲਬ ਵੀ ਵਰਡ ਜਾਂ ਤੁਹਾਡੇ ਦਿਮਾਗ 'ਚ ਆਉਂਦਾ ਨਾ, ਤਾਂ ਜੇ ਤੁਹਾਡੇ ਮਨ 'ਚ ਪਿਕਚਰ ਬਣਦੀ ਹੈ ਨਾ ਵੀ ਬੜਾ ਸਾਰਾ ਸ਼ੈੱਡ, ਠੀਕ ਆ, ਅਤੇ ਵਿੱਚ 50-60 ਮੈਸਾਂ ਜਾਂ 100 ਗਾਵਾਂ ਜਾਂ ਜੋ ਵੀ ਆ, ਵੀ ਨੰਬਰ ਬਹੁਤ ਬੜਾ ਆਉਂਦਾ ਨਾ ਤੁਹਾਡੇ ਦਿਮਾਗ 'ਚ ਵੀ ਬਹੁਤ ਜ਼ਿਆਦਾ ਪਸ਼ੂ, ਉਹਨੂੰ ਡੇਅਰੀ ਫਾਰਮ ਕਹਿੰਦੇ ਹਾਂ, ਤਾਂ ਗਲਤ ਆ, ਠੀਕ ਆ। ਸਭ ਤੋਂ ਪਹਿਲਾਂ ਤਾਂ ਇਹ ਨੋਸ਼ਨ ਨੂੰ ਕੱਢ ਦਿਓ ਆਪਣੇ ਦਿਮਾਗ 'ਚੋਂ ਵੀ ਡੇਅਰੀ ਫਾਰਮਿੰਗ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਪਸ਼ੂ ਰੱਖਣੇ, ਬਹੁਤ ਜ਼ਿਆਦਾ ਐਨੀਮਲ ਰੱਖਣੇ, ਠੀਕ ਆ, ਅਤੇ ਸ਼ੈੱਡ ਬੜੇ ਬੜੇ ਬਣਾ ਕੇ ਸਟਾਰਟ ਕਰਨਾ, ਹੋਰ ਕਰਨਾ। ਤਾਂ ਜੇ ਤੁਸੀਂ ਨਵੇਂ ਹੋ ਨਾ, ਤੁਹਾਨੂੰ ਡੇਅਰੀ ਫਾਰਮਿੰਗ ਬਾਰੇ ਕੁਛ ਨਹੀਂ ਪਤਾ ਹੈਗਾ, ਤੁਹਾਡੇ ਕੋਲ ਪੈਸਾ ਹੈਗਾ ਨਹੀਂ ਹੈਗਾ ਮੈਟਰ ਨਹੀਂ ਕਰਦਾ, ਠੀਕ ਹੈ ਨਾ, ਤੁਹਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ, ਕਰੋੜਾਂ ਰੁਪਇਆ ਪਿਆ ਹੋਵੇ, ਅਤੇ ਤੁਸੀਂ ਡੇਅਰੀ ਫਾਰਮ ਸਟਾਰਟ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਸੋਚ ਰਹੇ ਹੋ ਵੀ ਸ਼ੈੱਡ ਬਣਾ ਕੇ ਪਸ਼ੂ ਪਾ ਕੇ ਮੈਂ ਸਿੱਧਾ ਸਟਾਰਟ ਕਰ ਦੂੰਗਾ ਅਤੇ ਇਨਕਮ ਆਉਣ ਲੱਗ ਜੂਗੀ, ਨਹੀਂ ਹੋਣਾ ਹੈਗਾ, ਠੀਕ ਆ। ਡੇਅਰੀ ਫਾਰਮਿੰਗ ਇਜ਼ ਰੀਅਲੀ ਟਫ ਵਰਕ, ਬਹੁਤ ਬਹੁਤ ਔਖਾ ਕੰਮ ਆ, ਠੀਕ ਆ, ਅਤੇ ਐਕਸਪੀਰੀਅੰਸ ਨਾਲ ਸੌਖਾ ਹੋਊਗਾ। ਤਾਂ ਜੇ ਤੁਸੀਂ ਸਟਾਰਟਿੰਗ ਕਰਦੇ ਹੋ ਨਾ ਵਿਦ 50 ਐਨੀਮਲਸ ਔਰ 100 ਐਨੀਮਲਸ, ਬੜੇ ਸਾਰੇ ਸ਼ੈੱਡ ਬਣਾ ਕੇ ਸਭ ਕੁਛ ਕਰਕੇ, ਤਾਂ ਯੂ ਵਿਲ ਡੈਫੀਨੇਟਲੀ ਗੋ ਔਨ, ਮਤਲਬ ਵੀ ਓਕੇ ਇੰਗਲਿਸ਼ ਨਹੀਂ ਬੋਲਦੇ ਆਪਾਂ, ਤੁਸੀਂ ਪੱਕਾ ਮਤਲਬ ਵੀ ਲੋਸ 'ਚ ਜਾਓਗੇ, ਅਤੇ ਇਹ ਲੋਸ ਵਾਲਾ ਕੰਮ ਹੋਊਗਾ, ਕਿਉਂਕਿ ਇਹ ਕੰਮ ਐਕਸਪੀਰੀਅੰਸ ਮੰਗਦਾ ਅਤੇ ਐਕਸਪੀਰੀਅੰਸ ਟਾਈਮ ਨਾਲ ਆਉਂਦਾ, ਠੀਕ ਆ। ਜਿੰਨਾ ਟਾਈਮ ਇਹ ਕੰਮ 'ਚ ਦਿਓਗੇ, ਉਹਨਾਂ ਤੁਸੀਂ ਐਕਸਪੀਰੀਅੰਸ ਗੇਨ ਕਰੋਗੇ ਕੰਮ ਦੇ ਵਿੱਚ। ਅਤੇ ਤਾਂ ਡੇਅਰੀ ਫਾਰਮ ਜਾਂ ਵਰਡ ਤੁਹਾਡੇ ਦਿਮਾਗ 'ਚ ਆਵੇ ਨਾ, ਡੇਅਰੀ ਫਾਰਮਿੰਗ ਆਵੇ ਜਾਂ ਕੁਛ ਵੀ ਆਵੇ, ਅਤੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ, ਤਾਂ ਬਸ ਇਹ ਚੀਜ਼ ਸੋਚੋ ਵੀ ਇੱਕ ਐਨੀਮਲ ਲੈ ਕੇ ਆਉਣਾ, ਠੀਕ ਆ, ਇੱਕ ਪਸ਼ੂ ਲੈ ਕੇ ਆਉਣਾ, ਦੈਟਸ ਇਟ। ਫਾਰਮ ਦਾ ਮਤਲਬ ਇਹ ਨਹੀਂ ਹੈਗਾ ਵੀ 50-60 ਇਕੱਠੇ ਖਰੀਦਣੇ ਨੇ, ਬੜੇ ਬੜੇ ਸ਼ੈੱਡ ਬਣਾਉਣੇ ਨੇ, ਕੰਸਟਰਕਸ਼ਨ ਕਰਨੀ ਆ, ਹੋਰ ਕਰਨਾ, ਕੁਛ ਨਹੀਂ ਕਰਨਾ ਹੈਗਾ। ਅਤੇ ਡੇਅਰੀ ਫਾਰਮਿੰਗ ਬਾਰੇ ਸਿੱਖਣਾ ਕਿੱਥੋਂ ਆ, ਕਿਵੇਂ ਮੈਂ ਸਿੱਖਣਾ, ਮੇਰੀ ਐਜੂਕੇਸ਼ਨ ਲੋਅ ਆ, ਠੀਕ ਆ ਨਾ, BA LLB ਆਨਰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉੱਥੋਂ ਮੈਂ ਪੜ੍ਹਿਆ ਹੋਇਆ, ਮਤਲਬ ਵੀ ਐਜੂਕੇਸ਼ਨ 'ਚੋਂ ਬੈਕਗਰਾਊਂਡ 'ਚੋਂ ਮੈਂ ਲੋਇਰ ਟਾਈਪ ਹਾਂ, ਠੀਕ ਆ, ਮਤਲਬ ਕਦੇ ਪ੍ਰੈਕਟਿਸ ਨਹੀਂ ਕੀਤੀ ਤਾਂ ਆਪਣੇ ਆਪ ਨੂੰ ਮੈਂ ਲੋਇਰ ਕਹਿੰਦਾ ਨਹੀਂ ਹੈਗਾ, ਵੀ ਲੋਅ ਕੀਤੀ ਹੋਈ ਆ। ਅਤੇ ਜਿਹੜੀ ਮੇਰੇ ਇੰਟਰਸਟ ਨੇ, ਮੇਰੇ ਇੰਟਰਸਟ ਹੈਗਾ ਫਿਟਨੈਸ 'ਚ, ਬੁੱਕਸ ਦੇ ਵਿੱਚ, ਫਾਈਨੈਂਸ ਦੇ ਵਿੱਚ, ਅਤੇ ਸਟੋਕ ਮਾਰਕੀਟ, ਵੀਡੀਓ ਕ੍ਰੀਏਸ਼ਨ ਲਾਈਕ ਕੰਟੈਂਟ ਕ੍ਰੀਏਸ਼ਨ, ਯੂਟਿਊਬ, ਇੰਸਟਾਗ੍ਰਾਮ, ਯੇ ਵੋ, ਇਹ ਮੇਰੇ ਇੰਟਰਸਟ ਨੇ। ਤਾਂ ਡੇਅਰੀ ਫਾਰਮਿੰਗ ਨਾ ਮੇਰੀ ਐਜੂਕੇਸ਼ਨ ਆ, ਠੀਕ ਆ, ਨਾ ਮੇਰਾ ਪਹਿਲਾਂ ਕਦੇ ਇੰਟਰਸਟ ਸੀਗਾ, ਹੁਣ ਤਾਂ ਹੈਗਾ, ਠੀਕ ਆ, ਹੁਣ ਕਿਉਂਕਿ ਮੇਰਾ ਕੰਮ ਆ, ਅਤੇ ਜੇ ਤੁਸੀਂ ਕੰਮ 'ਚ ਇੰਟਰਸਟ ਨਹੀਂ ਲਾਉਂਗੇ ਕੰਮ ਫੇਲ ਹੋਊਗਾ। ਤਾਂ ਮੈਂ ਕੋਈ ਇਹਦੀ ਪੜ੍ਹਾਈ ਨਹੀਂ ਕੀਤੀ, ਮੈਂ ਕੋਈ ਇਹਦੀ ਡਿਗਰੀ ਨਹੀਂ ਕੀਤੀ, ਮੈਂ ਕੋਈ ਇਹਦਾ ਡਿਪਲੋਮਾ ਨਹੀਂ ਕੀਤਾ, ਮੈਂ ਇਹਦਾ ਕੋਈ ਕ੍ਰੈਸ਼ ਕੋਰਸ ਨਹੀਂ ਕਰਕੇ ਆਇਆ ਹੈਗਾ, ਮੈਂ ਕੋਈ AI ਲਗਾਉਣ ਦੀ ਉਹ ਨਹੀਂ ਲਿੱਤੀ ਹੈਗੀ, ਮਤਲਬ ਕੋਰਸ ਜਾਂ ਕੋਈ ਵੀ ਕੈਂਪ ਨਹੀਂ ਲਗਾਇਆ ਹੈਗਾ, ਕਿਸੇ ਫਾਰਮ 'ਤੇ ਵਿਜ਼ਿਟ ਨਹੀਂ ਕੀਤਾ ਹੈਗਾ, ਕੁਛ ਨਹੀਂ ਕੀਤਾ ਹੈਗਾ, ਠੀਕ ਹੈ ਨਾ। ਮੈਂ ਸਿੱਖਿਆ ਦੱਸਿਆ ਕਿਵੇਂ ਆ, ਆਪ ਕੰਮ ਕਰਕੇ। ਮੈਂ ਜ਼ਿੰਦਗੀ 'ਚ ਕਦੇ ਕਿਸੇ ਡੇਅਰੀ ਫਾਰਮਰ ਨੂੰ ਨਹੀਂ ਮੈਸੇਜ ਕੀਤਾ ਹੈਗਾ ਵੀ ਮੈਂ ਇਹ ਕੰਮ ਸਿੱਖਣਾ, ਮੈਨੂੰ ਸਿਖਾ ਦੋਗੇ। ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਹੈਗਾ ਵੀ ਅਸੀਂ ਤੁਹਾਡਾ ਫਾਰਮ ਵਿਜ਼ਿਟ ਕਰਕੇ ਆਉਣਾ, ਪਲੀਜ਼ ਅਸੀਂ ਦੇਖ ਸਕਦੇ ਹਾਂ, ਨਹੀਂ। ਮਤਲਬ ਯੂਟਿਊਬ ਇਜ਼ ਸੱਚ ਅ ਥਿੰਗ ਜਿੱਥੇ ਤੁਹਾਨੂੰ ਸਭ ਕੁਛ ਮਿਲ ਜੂਗਾ, ਬਟ ਉਹ ਤੁਹਾਡੇ 'ਤੇ ਅਪਲਾਈ ਨਹੀਂ ਕਰੂਗਾ, ਠੀਕ ਹੈ ਨਾ। ਹੁਣ ਜਿੰਨੇ ਬੰਦੇ ਨੇ ਨਾ, ਉਨੀ ਸੋਚ ਆ ਅਤੇ ਉਨੇ ਡਿਫਰੈਂਟ ਵੇਜ਼ ਨੇ ਇੱਕ ਕੰਮ ਨੂੰ ਕਰਨ ਦੇ। ਤਾਂ ਜੇ 1000 ਡੇਅਰੀ ਫਾਰਮਰ ਨੇ ਨਾ, ਤਾਂ 1000 ਡਿਫਰੈਂਟ ਤਰੀਕੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਹੋ ਰਿਹਾ। ਮੇਰਾ ਤਰੀਕਾ ਕੁਛ ਹੋਰ ਹੋਊਗਾ, ਕਿਸੇ ਹੋਰ ਬੰਦੇ ਦਾ ਤਰੀਕਾ ਕੁਛ ਹੋਰ ਹੋਊਗਾ, ਕਿਸੇ ਹੋਰ ਬੰਦੇ ਦਾ ਤਰੀਕਾ ਕੁਛ ਹੋਰ ਹੋਊਗਾ, ਮੈਂ ਜੋ ਡਾਈਟ ਦੇ ਰਿਹਾ ਪਸ਼ੂ ਨੂੰ ਉਹ ਕੁਛ ਹੋਰ ਹੋਊਗੀ, ਕੋਈ ਹੋਰ ਕੋਈ ਹੋਰ। ਤਾਂ ਕੋਈ ਇੱਕ ਤਰੀਕਾ ਨਹੀਂ ਹੈਗਾ, ਕੋਈ ਇੱਕ ਡਾਇਟ ਨਹੀਂ ਹੈਗੀ, ਕੋਈ ਇੱਕ ਫਾਰਮੂਲਾ ਨਹੀਂ ਹੈਗਾ ਜਿਹੜਾ ਤੁਸੀਂ ਅਪਲਾਈ ਕਰ ਦੋਗੇ ਤਾਂ ਤੁਸੀਂ ਸਕਸੈਸਫੁਲ ਹੋ ਜਾਓਗੇ, ਠੀਕ ਆ। ਤੁਹਾਨੂੰ ਸਿੱਖਣਾ ਪੈਣਾ, ਤੁਹਾਡਾ ਏਰੀਆ 'ਤੇ ਡਿਪੈਂਡ ਕਰਦਾ, ਠੀਕ ਆ, ਤੁਹਾਡੇ ਪਸ਼ੂਆਂ 'ਤੇ ਡਿਪੈਂਡ ਕਰਦਾ, ਤੁਹਾਡੀ ਮਤਲਬ ਵੀ ਤੁਸੀਂ ਕਿੱਥੋਂ ਸਟਾਰਟ ਕੀਤਾ, ਕਿਵੇਂ ਸਟਾਰਟ ਕੀਤਾ, ਸਭ ਕੁਛ ਮੈਟਰ ਕਰਦਾ। ਤਾਂ ਜੇ ਤੁਸੀਂ ਡੇਅਰੀ ਫਾਰਮਿੰਗ ਬਾਰੇ ਸਿੱਖਣਾ ਚਾਹੁੰਦੇ ਨਾ, ਇੱਕ ਪਸ਼ੂ ਲੈ ਕੇ ਆਓ, ਠੀਕ ਆ, ਦੈਟਸ ਇਟ। ਜੇ ਜ਼ਿਆਦਾ ਪੈਸੇ ਹੈਗੇ ਨੇ ਤਾਂ ਵੀ 5 ਪਸ਼ੂ ਲੈ ਕੇ ਆਓ, 5 ਤੋਂ ਜ਼ਿਆਦਾ ਨਹੀਂ ਲੈ ਕੇ ਆਉਣੇ ਹੈਗੇ, ਕਦੇ ਵੀ ਨਹੀਂ ਲੈ ਕੇ ਆਉਣੇ ਹੈਗੇ, ਠੀਕ ਆ, ਸਟਾਰਟਿੰਗ ਦੇ ਵਿੱਚ। ਜੇ ਤੁਹਾਨੂੰ ਆਉਂਦਾ ਇਹਦੇ ਬਾਰੇ, ਤੁਸੀਂ 5 ਪਸ਼ੂ ਪਹਿਲਾਂ ਸਾਂਭ ਰਹੇ ਹੋ, ਫਿਰ ਤੁਸੀਂ ਇੱਕ ਇੱਕ ਕਰਕੇ ਵਧਾ ਸਕਦੇ ਹੋ, ਕੋਈ ਚੱਕਰ ਨਹੀਂ। ਬਟ ਜੇ ਤੁਸੀਂ ਇਹ ਸੋਚਦੇ ਵੀ 5 ਤੋਂ ਸਿੱਧਾ 50 'ਤੇ ਜਾਣਾ ਜਾਂ 100 'ਤੇ ਜਾਣਾ, ਜ਼ਮੀਨ ਆਸਮਾਨ ਦਾ ਫਰਕ ਆ। 5 ਦੀ ਮੈਨੇਜਮੈਂਟ ਇਸ ਬਹੁਤ ਡਿਫਰੈਂਟ, 50 ਦੀ ਮੈਨੇਜਮੈਂਟ, ਜ਼ਮੀਨ ਆਸਮਾਨ ਦਾ ਫਰਕ ਆ, ਠੀਕ ਆ। ਅਤੇ ਜੇ ਤੁਸੀਂ ਸੋਚਦੇ ਵੀ ਮੈਂ 5 ਮੈਨੇਜ ਕਰ ਲਏ, ਮੈਂ ਹੁਣ 50 ਮੈਨੇਜ ਕਰ ਸਕਦਾ ਬਹੁਤ ਆਰਾਮ ਨਾਲ, ਮੈਨੂੰ ਸਭ ਕੁਝ ਪਤਾ ਲੱਗ ਗਿਆ, ਨਹੀਂ ਹੋਊਗਾ, ਫੇਲ ਹੋਊਗਾ ਕੰਮ, ਠੀਕ ਆ। ਤਾਂ ਕੰਮ ਨੂੰ ਸਟਾਰਟ ਕਰੋ ਇੱਕ ਪਸ਼ੂ ਤੋਂ, ਵਿੱਚ ਰਹੋ,
ਵੀ ਜੇ ਇੰਨਾ ਹਰਾ ਜਾ ਰਿਹਾ ਤਾਂ ਇੰਨਾ ਦੁੱਧ ਆ, ਜੇ ਇੰਨੀ ਖਲ ਜਾ ਰਹੀ ਹੈ ਤਾਂ ਇੰਨਾ ਦੁੱਧ ਆ, ਹੁਣ ਆਪਾਂ ਹਰਾ ਘਟਾ ਕੇ ਖਲ ਵਧਾ ਦਾਂਗੇ ਤਾਂ ਇੰਨਾ ਦੁੱਧ ਆ ਰਿਹਾ, ਹੁਣ ਖਲ ਘਟਾ ਕੇ ਹਰਾ ਵਧਾ ਦਾਂਗੇ ਤਾਂ ਇੰਨਾ ਦੁੱਧ ਆ ਰਿਹਾ, ਤੁਹਾਨੂੰ ਪਤਾ ਲੱਗਣ ਲੱਗ ਜੂਗਾ। ਹੁਣ ਮੇਰੇ ਐਕਸਪੀਰੀਅੰਸ ਨਾਲ ਨਾ ਦੁੱਧ ਆਉਂਦਾ ਹਰੇ ਨਾਲ, ਹਰੇ ਚਾਰੇ ਨਾਲ, ਠੀਕ ਹੈ ਨਾ। ਖਲ ਇੰਨਾ ਮੈਟਰ ਨਹੀਂ ਕਰਦੀ ਹੈਗੀ, ਮੈਟਰ ਕਰਦੀ ਆ ਬਟ ਇੰਨਾ ਮੈਟਰ ਨਹੀਂ ਕਰਦੀ ਹੈਗੀ। ਅਤੇ ਜੇ ਤੁਸੀਂ ਸੋਚੋਗੇ ਨਾ ਵੀ ਮੈਂ ਫੈਟ ਵਧਾਉਣੀ ਆ, ਫੈਟ ਵਧਾਉਣੀ ਆ, ਫੈਟ ਨਹੀਂ ਵਧਾ ਸਕਦੇ ਤੁਸੀਂ, ਖਰਚਾ ਵਧੂਗਾ, ਫੈਟ ਨਹੀਂ ਵੱਧਦੀ ਹੁੰਦੀ ਹੈਗੀ, ਠੀਕ ਆ। ਨਵਾਂ ਪਸ਼ੂ ਜਿਹੜਾ ਮਤਲਬ ਵੀ ਹੁਣੇ ਤਾਜ਼ੀ ਤਾਜ਼ੀ ਮੈਸ ਹੋਈ ਆ, ਉਹਦੀ ਫੈਟ ਜ਼ਿਆਦਾ ਹੋਊਗੀ ਉਹ ਨਹੀਂ, ਜਿੰਨਾ ਮਰਜ਼ੀ ਉਹਨੂੰ ਜੋ ਮਰਜ਼ੀ ਪਾ ਲਓ ਨਹੀਂ ਵਧੂਗੀ ਉਹਦੀ ਫੈਟ। ਅਤੇ ਜਿੰਨਾ ਮਤਲਬ ਵੀ ਪੁਰਾਣਾ ਪਸ਼ੂ ਹੋਊਗਾ, ਲਾਈਕ ਸੂਏ ਨੂੰ 6-7 ਮਹੀਨੇ ਹੋ ਗਏ, 8 ਮਹੀਨੇ ਹੋ ਗਏ, 9 ਮਹੀਨੇ ਹੋ ਗਏ ਦੁੱਧ ਦੇ ਰਿਹਾ ਹਲੇ, ਉਹਦਾ ਦੁੱਧ ਬਹੁਤ ਗਾੜਾ ਹੋਊਗਾ, ਤੁਸੀਂ ਉਹਨੂੰ ਕੁਛ ਵੀ ਨਾ ਪਾਓ ਤਾਂ ਵੀ ਉਹਦਾ ਦੁੱਧ ਗਾੜਾ ਹੋਊਗਾ, ਠੀਕ ਆ। ਤਾਂ ਜੇ ਤੁਸੀਂ ਫੈਟ 'ਤੇ ਡਿਪੈਂਡੈਂਟ ਹੋ ਨਾ ਵੀ ਫੈਟ ਵਧਾਉਣੀ ਤਾਂ ਰੇਟ ਵਧੀਆ ਲੱਗੂਗਾ, ਉਹ ਨਹੀਂ ਚੱਲਣਾ ਹੈਗਾ। ਤਾਂ ਸਿੱਖਣਾ ਕਿਵੇਂ ਆ, ਇੱਕ ਪਸ਼ੂ ਰੱਖੋ, ਉਹਦੀ ਡਾਇਟ ਨੂੰ ਟਰਾਈ ਕਰਕੇ ਦੇਖ ਲਓ, ਉਹ ਤਾਂ ਦੁੱਧ ਨੋਟ ਕਰ ਲਓ ਕਿੰਨਾ ਆ ਰਿਹਾ ਕਿੰਨਾ ਨਹੀਂ, ਕਿੰਨਾ ਕੀ ਫਰਕ ਪੈ ਰਿਹਾ ਨਹੀਂ, ਠੀਕ ਆ। ਫਿਰ ਉਹਨੂੰ ਪ੍ਰੈਗਨੈਂਟ ਕਰਵਾਓ, ਲਾਈਕ ਮਤਲਬ ਵੀ ਮੇਨ ਕਰਕਸ ਨਾ, ਮੇਨ ਸਕਸੈਸ ਹੋਊਗਾ ਫਾਰਮ ਤੁਹਾਡਾ ਜਾਂ ਨਹੀਂ ਹੋਊਗਾ, ਇਹ ਤਾਂ ਡਿਪੈਂਡ ਕਰਦਾ ਵੀ ਤੁਹਾਡੇ ਐਨੀਮਲਸ ਟਾਈਮ 'ਤੇ ਪ੍ਰੈਗਨੈਂਟ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਹੈਗੇ, ਠੀਕ ਆ। ਜਦੋਂ ਹੀਟ 'ਚ ਆ ਰਹੀ ਆ, ਜਦੋਂ ਬੋਲ ਰਹੀ ਆ, ਤਾਂ ਉਹਨੂੰ ਪ੍ਰੈਗਨੈਂਟ ਕਰਵਾਓ। ਜੇ ਤੁਸੀਂ ਇੱਕ ਐਨੀਮਲ ਨੂੰ ਟਾਈਮ 'ਤੇ ਪ੍ਰੈਗਨੈਂਟ ਕਰਵਾ ਤਾ ਨਾ, ਦੈਨ ਯੂ ਗੋ ਫੋਰ ਦਾ ਨੈਕਸਟ ਵਨ, ਠੀਕ ਹੈ ਨਾ। ਇੱਕ ਹੋਰ ਐਨੀਮਲ ਲੈ ਕੇ ਆਓ, ਠੀਕ ਆ। ਫਿਰ ਉਹ ਤੋਂ ਬਾਅਦ ਇੱਕ ਹੋਰ ਪਸ਼ੂ ਲੈ ਕੇ ਆਓ, ਉਹ ਤੋਂ ਬਾਅਦ ਇੱਕ ਹੋਰ ਪਸ਼ੂ ਲੈ ਕੇ ਆਓ। ਸ਼ੈੱਡ ਅਸੀਂ ਸਟਾਰਟਿੰਗ 'ਚ ਕੋਈ ਸ਼ੈੱਡ ਨਹੀਂ ਬਣਾਇਆ ਸੀਗਾ, ਠੀਕ ਆ। ਸਾਡੇ ਕੋਲ ਘਰ ਦੇ ਪਸ਼ੂ ਹੁੰਦੇ ਸੀਗੇ, ਪੰਜ ਸੱਤ ਮੈਸਾਂ ਜੋ ਵੀ ਸੀਗੀਆਂ ਘਰ ਦੇ ਦੁੱਧ ਵਾਸਤੇ, ਤਾਂ ਉਹ ਸ਼ੈੱਡ ਦੇ ਵਿੱਚ 3-4 ਪਸ਼ੂਆਂ ਦੀ ਜਗ੍ਹਾ ਸੀਗੀ, ਤਾਂ ਅਸੀਂ ਸਭ ਤੋਂ ਪਹਿਲਾਂ ਮੈਸ ਉੱਥੇ ਲੈ ਕੇ ਆਏ ਸੀਗੇ, ਦੂਜੀ ਮੈਸ ਵੀ ਉੱਥੇ ਲੈ ਕੇ, ਤੀਜੀ ਮੈਸ ਵੀ ਉੱਥੇ ਲੈ ਕੇ ਆਏ। ਜਦ ਜਗ੍ਹਾ ਉੱਥੇ ਮੁੱਕ ਗਈ, ਫਿਰ ਅਸੀਂ ਸ਼ੈੱਡ ਬਣਾਇਆ, ਅਤੇ ਸ਼ੈੱਡ ਅਸੀਂ ਐਂ ਨਹੀਂ ਬਣਾਇਆ ਹੈਗਾ ਵੀ ਸਿੱਧਾ 100 ਪਸ਼ੂਆਂ ਦਾ ਸ਼ੈੱਡ ਬਣਾ ਲਿਆ, 20 ਪਸ਼ੂਆਂ ਦਾ ਜਾਂ 50 ਦਾ, ਅਸੀਂ 10 ਕੁੰਡਿਆਂ ਦਾ ਸ਼ੈੱਡ ਬਣਾਇਆ ਸੀਗਾ, ਦੈਟ ਸੈੱਟ 10 ਮੈਸਾਂ ਵਾਸਤੇ ਸ਼ੈੱਡ ਬਣਾਇਆ ਸੀਗਾ। ਅਤੇ ਸ਼ੈੱਡ ਦੀ ਡਾਇਮੈਂਸ਼ਨ ਸੀਗੀ ਮੈਨੂੰ ਲੱਗਦਾ 50 ਫੁੱਟ ਬਾਏ 16 ਫੁੱਟ, ਠੀਕ ਆ। 50 ਫੁੱਟ ਉਹਦੀ ਲੰਬਾਈ ਸੀਗੀ, 16 ਫੁੱਟ ਉਹਦੀ ਚੌੜਾਈ ਸੀਗੀ, ਤਾਂ ਇੰਨਾ ਕੁ ਸੀਗਾ। ਵੈਸੇ ਚੌੜਾਈ ਥੋੜ੍ਹੀ ਘੱਟ ਆ, ਅਤੇ ਜੇ ਤੁਸੀਂ ਚੌੜਾਈ ਰੱਖਣੀ ਹੋ, ਤੁਸੀਂ ਵੀਡੀਓਸ ਮਤਲਬ ਜੇ ਮੇਰੀ ਸਟਾਰਟਿੰਗ ਦੀ ਵੀਡੀਓਸ ਦੇਖਣਾ ਹੋਏ, ਪਹਿਲੀ ਦੂਜੀ ਉਹ ਸ਼ੈਡਸ ਦੇ ਬਾਰੇ ਹੀ ਨੇ, ਠੀਕ ਆ, ਕੀ ਗਲਤੀਆਂ ਕੀਤੀਆਂ ਨੇ ਕੀ ਨਹੀਂ, ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਵੀ ਕਿਵੇਂ ਬਣਾਉਣਾ ਕਿਵੇਂ ਨਹੀਂ ਬਣਾਉਣਾ, ਕੀ ਗਲਤੀਆਂ ਜੋ ਤੁਸੀਂ ਨਾ ਕਰੋ, ਤਾਂ ਸ਼ੈੱਡ ਬਾਰੇ ਤੁਹਾਨੂੰ ਉੱਥੋਂ ਪਤਾ ਲੱਗ ਜੂਗਾ। ਤਾਂ ਡੇਅਰੀ ਫਾਰਮਿੰਗ ਇੱਕ ਪਸ਼ੂ ਤੋਂ ਸਟਾਰਟ ਕਰੋ, ਫਿਰ ਦੂਜਾ ਲੈ ਕੇ ਆਓ, ਫਿਰ ਤੀਜਾ ਲੈ ਕੇ ਆਓ, ਜਦ ਤੱਕ ਤੁਹਾਡੇ ਕੋਲ ਘਰ ਦੀ ਜਗ੍ਹਾ ਹੈਗੀ ਆ, ਐਂ ਕਰੋ ਜਦ ਜਗ੍ਹਾ ਮੁੱਕ ਗਈ ਛੋਟਾ ਜਿਹਾ ਸ਼ੈੱਡ ਬਣਾ ਲਓ 10 ਪਸ਼ੂਆਂ ਵਾਸਤੇ, ਠੀਕ ਆ। ਬਟ ਉਹਨੂੰ ਬਣਾਇਓ ਇਸ ਤਰੀਕੇ ਨਾਲ ਵੀ ਫਿਊਚਰ ਪਲੈਨਿੰਗ ਕਰਕੇ ਵੀ ਉਹ 'ਚ ਜੇ ਐਡ ਔਨ ਕਰਨਾ ਹੋਵੇ ਨਾ, ਤਾਂ ਉਹ ਸ਼ੈੱਡ ਅੱਗੇ ਲੰਬਾ ਹੋ ਜਾਵੇ। ਤਾਂ ਅਸੀਂ ਜੇ 50 ਫੁੱਟ ਦੀ ਲੰਬਾਈ ਵਾਲਾ ਸ਼ੈੱਡ ਬਣਾਇਆ ਸੀਗਾ ਨਾ, ਅਸੀਂ ਮਿਸਤਰੀਆਂ ਨੂੰ ਕਿਹਾ ਸੀਗਾ ਵੀ ਇਸ ਹਿਸਾਬ ਨਾਲ ਸ਼ੀਟਾਂ ਪਾਇਓ ਵੀ ਅੱਗੇ ਆਪਾਂ ਨੂੰ ਹੋਰ ਵਧਾਉਣਾ, 100 ਫੁੱਟ ਆਪਣੇ ਕੋਲ ਜਗ੍ਹਾ ਹੋਰ ਸੀਗੀ ਵੀ ਅੱਗੇ ਖਿੱਚਾਂਗੇ, ਢਾਲ ਵਗੈਰਾ ਇਸ ਹਿਸਾਬ ਨਾਲ ਦਿਓ ਵੀ ਅੱਗੇ ਪੈ ਸਕੇ। ਤਾਂ ਫਿਊਚਰ ਦੀ ਪਲੈਨਿੰਗ ਕਰਕੇ ਛੋਟੇ ਤੋਂ ਸਟਾਰਟ ਕਰੋ, ਠੀਕ ਆ। ਵੀ ਨਕਸ਼ਾ ਬੜਾ ਰੱਖੋ ਬਟ ਉਹਦਾ ਛੋਟਾ ਜਿਹਾ ਪਾਰਟ ਬਣਾ ਲਓ। ਫਿਰ ਜਦ ਤੁਸੀਂ 10 ਪਸ਼ੂ ਲੈ ਆਏ, ਠੀਕ ਆ, ਫਿਰ ਹੌਲੀ ਹੌਲੀ ਅੱਗੇ 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 ਵੀ ਐਂ ਕਰਦੇ ਕਰਦੇ ਤੁਸੀਂ ਇੱਕ ਪਸ਼ੂ ਤੋਂ ਮਤਲਬ ਵੀ 50-60 ਪਸ਼ੂਆਂ ਤੱਕ ਪਹੁੰਚ ਜਾਓਗੇ। ਬਟ ਜੇ ਤੁਸੀਂ ਸੋਚੋਗੇ ਨਾ ਵੀ ਸਿੱਧਾ 50 ਪਸ਼ੂ ਲੈ ਕੇ ਆਉਣੇ, ਉਹਨਾਂ 'ਚ ਬਹੁਤ ਪ੍ਰੋਬਲਮ ਆਉਂਦੀ ਆ, ਠੀਕ ਆ। ਤੁਹਾਨੂੰ ਡਾਇਟ ਹੀ ਨਹੀਂ ਪਤਾ ਲੱਗਣੀ ਹੈਗੀ, ਤੁਹਾਡਾ ਦੁੱਧ ਵਿਕਣਾ ਹੀ ਨਹੀਂ ਹੈਗਾ ਡੈਰੀ 'ਚ, ਡੈਰੀ 'ਚ ਮਤਲਬ ਵੀ ਦੁੱਧ ਤਾਂ ਵਿਕੂਗਾ ਡੈਰੀਆਂ 'ਚ ਪਰ ਉਹਦਾ ਰੇਟ ਨਹੀਂ ਲੱਗਣਾ ਹੈਗਾ। ਅਤੇ ਹਮੇਸ਼ਾ ਨਾ ਡੈਰੀ ਫਾਰਮ ਸਟਾਰਟ ਕਰਨ ਤੋਂ ਪਹਿਲਾਂ ਇਹ ਸੋਚ ਰੱਖਿਓ ਵੀ ਤੁਸੀਂ ਦੁੱਧ ਸਿੱਧਾ ਕਸਟਮਰਸ ਨੂੰ ਡਾਇਰੈਕਟ ਵੇਚਣਾ ਅਤੇ ਫੈਟ ਦੇ ਹਿਸਾਬ ਨਾਲ ਨਹੀਂ ਵੇਚਣਾ ਹੈਗਾ। ਲਾਈਕ ਆਰ ਪ੍ਰੋਮਿਸ ਟੂ ਆਰ ਕਸਟਮਰਸ, ਵੀ ਸਾਡਾ ਵਾਅਦਾ ਸਾਡੇ ਕਸਟਮਰ ਨਾਲ ਇਹੀ ਆ ਵੀ ਜਿਹੋ ਜਿਹਾ ਮੈਂ ਇਸਨੇ ਦੁੱਧ ਦੇਤਾ ਉਹੀ ਜਿਹਾ ਤੁਹਾਡੇ ਕੋਲ ਪਹੁੰਚੂਗਾ, ਨਾ ਤਾਂ ਅਸੀਂ ਵਿੱਚੋਂ ਕੁਛ ਕੱਢੀਏ ਨਾ ਵਿੱਚ ਕੁਛ ਪਾਈਏ। ਫੈਟ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਪਸ਼ੂ ਆ, ਠੀਕ ਹੈ ਨਾ। ਪਸ਼ੂ ਦੁੱਧ ਦੇ ਰਿਹਾ, ਨਕਲੀ ਦੁੱਧ ਤਾਂ ਪੜ ਨਹੀਂ ਰਿਹਾ ਫੈਕਟਰੀ 'ਚ ਵੀ ਕੰਸਿਸਟੈਂਟ ਫੈਟ ਰਹੂਗੀ ਪਸ਼ੂ ਦੀ, ਅਸਲੀ ਦੁੱਧ ਦੀ ਤਾਂ ਫੈਟ ਘਟੂਗੀ ਵੀ ਵਧੂਗੀ ਵੀ, ਮੌਸਮ ਨਾਲ ਚੇਂਜ ਵੀ ਹੋਊਗਾ ਅਤੇ ਆਪਾਂ ਡਾਇਟ ਚੇਂਜ ਕਰਾਂਗੇ ਤਾਂ ਟੇਸਟ ਵੀ ਚੇਂਜ ਹੋਊਗਾ। ਤਾਂ ਅਸਲੀ ਦੁੱਧ ਦੀ ਇਹ ਪਛਾਣ ਆ ਵੀ 12 ਮਹੀਨੇ ਤੁਹਾਨੂੰ ਸੇਮ ਟੇਸਟ ਨਹੀਂ ਦਊਗਾ, ਠੀਕ ਆ। ਤਾਂ ਇਹ ਕੋਸ਼ਿਸ਼ ਕਰਿਓ ਵੀ ਡੈਰੀ 'ਚ ਪਾਉਣ ਤੋਂ ਸਟਾਰਟਿੰਗ ਕਰਿਓ, ਠੀਕ ਆ। ਰੇਟ ਘੱਟ ਲੱਗਦਾ ਕੋਈ ਚੱਕਰ ਨਹੀਂ, ਉਹਦੀ ਫੈਟ ਵਧਾਉਣ ਦੀ ਕੋਸ਼ਿਸ਼ ਨਾ ਕਰਿਓ, ਸਿਰਫ ਕੰਮ ਸਿੱਖਣ ਦੀ ਕੋਸ਼ਿਸ਼ ਕਰਿਓ। ਜਿਵੇਂ ਜਿਵੇਂ ਤੁਸੀਂ ਪਸ਼ੂ ਵਧਾਓਗੇ ਨਾ, ਉਵੇਂ ਉਵੇਂ ਤੁਹਾਡਾ ਮਤਲਬ ਵੀ ਦੁੱਧ ਵੱਧਦਾ ਜਾਊਗਾ। ਜੇ ਦੁੱਧ ਵੱਧਦਾ ਗਿਆ, ਉਹ ਤੋਂ ਬਾਅਦ ਜਿਹੜਾ ਤੁਹਾਡੇ ਸਭ ਤੋਂ ਕੋਲ ਸ਼ਹਿਰ ਪੈਂਦਾ ਨਾ, ਉੱਥੇ ਇੱਕ ਦੁਕਾਨ ਰੈਂਟ 'ਤੇ ਲੈ ਲਿਓ ਅਤੇ ਉੱਥੇ ਸਿੱਧਾ ਕਸਟਮਰਸ ਨੂੰ ਵੇਚਣ ਲੱਗ ਜਿਓ। ਉਹ ਵੀ ਮੈਂ ਕਾਫੀ ਵੀਡੀਓਜ਼ ਬਣਾਈਆਂ ਹੋਈਆਂ ਨੇ ਵੀ ਕਿਵੇਂ ਲੈਣੀ ਆ, ਕਿਵੇਂ ਵੇਚਣਾ, ਜੇ ਉਹ। ਤਾਂ ਇਹ 'ਚ ਆਪਾਂ ਬਸ ਇਹ ਕਰ ਰਹੇ ਹਾਂ ਵੀ 0 ਤੋਂ ਸਟਾਰਟਿੰਗ ਕਿਵੇਂ ਕਰਨੀ ਆ। ਤਾਂ 0 ਤੋਂ ਸਟਾਰਟਿੰਗ ਡਾਇਰੈਕਟਲੀ ਬੜੇ ਸ਼ੈੱਡ ਬਣਾ ਕੇ ਨਹੀਂ ਕਰਨੀ ਹੈਗੀ। ਇੱਕ ਪਸ਼ੂ ਲੈ ਕੇ ਆਓ, ਉਹਦੀ ਡਾਇਟ ਦੇਖੋ, ਉਹਨੂੰ ਪ੍ਰੈਗਨੈਂਟ ਕਰਵਾਓ, ਫਿਰ ਅਗਲਾ ਪਸ਼ੂ, ਫਿਰ ਅਗਲਾ ਪਸ਼ੂ, ਫਿਰ ਅਗਲਾ ਪਸ਼ੂ। ਜੇ ਤੁਸੀਂ ਸਾਰੇ ਪਸ਼ੂ ਇਕੱਠੇ ਲੈ ਕੇ ਆ ਗਏ, ਤੁਹਾਨੂੰ ਨਾ ਡਾਇਟ ਪਤਾ ਲੱਗਣੀ ਆ, ਨਾ ਬੰਦੇ ਮਿਲਦੇ ਨੇ, ਨਾ ਦੁੱਧ ਦਾ ਰੇਟ ਵਧੀਆ ਲੱਗਣਾ, ਠੀਕ ਆ, ਨਾ ਉਹਨਾਂ ਨੇ ਟਾਈਮ 'ਤੇ ਪ੍ਰੈਗਨੈਂਟ ਹੋਣਾ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ। ਤਾਂ ਇਹ ਹੋਊਗਾ
ਬੇਸਿਕ ਤੋਂ ਸਟਾਰਟ ਕਰੋ। ਇਹ ਨਾ ਸੋਚੋ ਵੀ ਮੈਂ ਬਸ ਅੱਜ ਹੀ ਪਸ਼ੂ ਪਾ ਕੇ ਸਾਰੇ ਅਮੀਰ ਬਣ ਜਾਣਾ, ਹੋਰ ਬਣਨਾ। ਜੇ ਤੁਹਾਡੇ ਕੋਲ ਕਰੋੜ ਰੁਪਇਆ ਵੀ ਪਿਆ ਨਾ ਘਰੇ, ਤਾਂ ਵੀ ਕਦੇ 100 ਪਸ਼ੂ ਇਕੱਠੇ ਨਾ ਪਾਇਓ, ਨਹੀਂ ਹੋਊਗਾ, ਨਹੀਂ ਹੋ ਸਕਦਾ ਜੇ ਤੁਹਾਨੂੰ ਇਹ ਚੀਜ਼ ਬਾਰੇ ਐਕਸਪੀਰੀਅੰਸ ਨਹੀਂ ਹੈਗਾ। ਜੇ ਹੈਗਾ ਵੀ ਹੈ ਕਿਸੇ ਬੰਦੇ ਨੂੰ 5-10 ਪਸ਼ੂਆਂ ਦਾ ਐਕਸਪੀਰੀਅੰਸ ਆ, ਉਹ ਤੋਂ ਵੀ ਨਹੀਂ ਹੋਊਗਾ 100 ਪਸ਼ੂ ਇਕੱਠੇ ਹੈਂਡਲ, ਨਹੀਂ ਹੋ ਸਕਦੇ। ਗਰੋਥ ਹਮੇਸ਼ਾ ਸਲੋ ਹੋਣੀ ਚਾਹੀਦੀ ਹੈ। ਅਸੀਂ ਡੇਅਰੀ ਫਾਰਮਿੰਗ ਸਟਾਰਟ ਕੀਤੀ ਸੀ 2020 'ਚ ਅਤੇ ਹੁਣ 2023 ਚੱਲ ਰਿਹਾ ਅਤੇ ਅੱਜ ਆਪਣੇ ਕੋਲ 50 ਪਲੱਸ ਪਸ਼ੂ ਨੇ, ਠੀਕ ਆ। ਤਾਂ 50 ਪਲੱਸ ਪਸ਼ੂ 3 ਸਾਲਾਂ ਦੇ ਵਿੱਚ ਪਾਏ ਨੇ, ਡਾਇਰੈਕਟ ਨਹੀਂ ਪਾਏ ਸੀਗੇ, ਇੱਕ ਇੱਕ ਮੈਂ ਇਸ ਕਰਕੇ ਲੈ ਕੇ ਆਏ, ਇੱਕ ਇੱਕ ਕਰਕੇ ਆਪਾਂ ਗਰੋਥ ਕੀਤੀ ਆ। ਤਾਂ ਇਹ ਚੀਜ਼ਾਂ ਹਮੇਸ਼ਾ ਯਾਦ ਰੱਖਿਓ। ਅਤੇ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਜ਼ਮੀਨ ਨਹੀਂ ਹੈਗੀ, ਵੀ ਅਸੀਂ ਡੇਅਰੀ ਫਾਰਮਿੰਗ ਕਰ ਸਕਦੇ ਹਾਂ, ਵੀ ਸਾਡੇ ਕੋਲ ਆਪਦਾ ਖੇਤੀ ਨਹੀਂ ਹੈਗੀ, ਹੋਰ ਨਹੀਂ ਹੈਗੀ, ਅਸੀਂ ਕਰ ਸਕਦੇ ਹਾਂ, ਕਰ ਸਕਦੇ ਹਾਂ, ਨੋ ਡਾਊਟ ਕਰ ਸਕਦੇ ਹਾਂ। ਬਟ ਡੇਅਰੀ ਫਾਰਮਿੰਗ ਇਜ਼ ਲਾਈਕ ਅ ਚਾਈਲਡ, ਕੋਈ ਵੀ ਬਿਜ਼ਨਸ ਨਾ ਇੱਕ ਬੱਚੇ ਵਾਂਗੂ ਹੁੰਦਾ, ਛੋਟੇ ਬੱਚੇ ਵਾਂਗੂ ਹੁੰਦਾ, ਵੀ ਤੁਹਾਨੂੰ ਨਾ ਸਟਾਰਟਿੰਗ ਦੇ ਕੁਛ ਸਾਲ ਉਹਨੂੰ ਪਾਲਣਾ ਪੈਂਦਾ, ਫਿਰ ਉਹ ਤੋਂ ਬਾਅਦ ਉਹ ਤੁਹਾਨੂੰ ਪੈਸੇ ਬਣਾ ਕੇ ਦਿੰਦਾ, ਠੀਕ ਹੈ। ਡੇਅਰੀ ਫਾਰਮਿੰਗ ਵੀ ਸੇਮ ਆ, ਤੁਹਾਡੇ ਕੋਲ ਜੇ ਕੋਈ ਹੋਰ ਪੈਸੇ ਦਾ ਸੋਰਸ ਹੈਗਾ ਨਾ, ਕੋਈ ਜੋਬ ਹੈਗੀ ਹੈ, ਕੋਈ ਹੋਰ ਕੁਛ ਹੈਗਾ, ਪੈਸੇ ਹੈਗੇ ਨੇ, ਤਾਂ ਤੁਸੀਂ ਡੇਅਰੀ ਫਾਰਮ ਸਟਾਰਟ ਕਰ ਸਕਦੇ ਹੋ, ਕਿਉਂਕਿ ਸਟਾਰਟਿੰਗ ਦੇ ਨਾ ਇਹ ਪੈਸਾ ਮੰਗੂਗਾ, ਠੀਕ ਹੈ, ਕਿਉਂਕਿ ਆਪਾਂ ਨੂੰ ਐਕਸਪੀਰੀਅੰਸ ਨਹੀਂ ਹੋਊਗਾ, ਦੁੱਧ ਦਾ ਰੇਟ ਘੱਟ ਹੋਊਗਾ, ਹੋਰ ਹੋਊਗਾ, ਸਿੱਖਦੇ ਸਿੱਖਦੇ ਸਿੱਖਾਂਗੇ। ਤਾਂ ਜੇ ਤੁਸੀਂ ਸੋਚਦੇ ਹੋ ਵੀ ਡੇਅਰੀ ਫਾਰਮ ਸਟਾਰਟ ਕਰਕੇ ਪਹਿਲੇ ਦਿਨ ਤੋਂ ਹੀ ਮੈਂ ਬਹੁਤ ਪ੍ਰੋਫਿਟ ਕੱਢਣ ਲੱਗ ਜੂੰਗਾ, ਉਹ ਕੰਮ ਨਹੀਂ ਹੋਣਾ, ਪ੍ਰੋਫਿਟ ਆਊਗਾ, ਠੀਕ ਹੈ, ਭਾਵੇਂ ਇੱਕ ਮੈਸ 1 ਰੁਪਇਆ ਬਚਾ ਕੇ ਦੇਵੇ, ਪਰ ਪ੍ਰੋਫਿਟ ਤੁਹਾਨੂੰ ਬਚਾ ਕੇ ਦਊਗੀ। ਬਟ ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈਗੀ, ਹਰਾ ਚਾਰਾ ਵੀ ਤੁਹਾਨੂੰ ਖਰੀਦਣਾ ਪੈ ਰਿਹਾ, ਤੁਹਾਨੂੰ ਤੂੜੀ ਵੀ ਖਰੀਦਣੀ ਪੈ ਰਹੀ ਹੈ, ਦਾਣਾ ਵੀ ਖਰੀਦਣਾ ਪੈ ਰਿਹਾ, ਹੋਰ ਵੀ ਖਰੀਦਣਾ ਪੈ ਰਿਹਾ, ਤਾਂ ਥੋੜ੍ਹੇ ਕੋਸਟਲੀ ਹੋ ਜਾਂਦਾ, ਠੀਕ ਆ। ਤਾਂ ਉਹ ਚੀਜ਼ਾਂ ਮੈਟਰ ਕਰਦੀ ਨਾ, ਆਪਣਾ ਦੇਖਿਓ ਵੀ ਤੁਸੀਂ ਕਿੱਥੋਂ ਨੂੰ ਸੋਰਸ ਕਰਨਾ, ਹੋਰ ਕਰਨਾ। ਮੇਰੇ ਕੋਲ ਨਾ ਐਕਸਪੀਰੀਅੰਸ ਨਹੀਂ ਹੈਗਾ ਇਹ ਚੀਜ਼ ਬਾਰੇ, ਤਾਂ ਹੀ ਮੈਂ ਇਹ ਕੁਸ਼ਚਨ ਨੂੰ ਆਨਸਰ ਨਹੀਂ ਕਰ ਸਕਦਾ ਹੈਗਾ ਵੀ ਸਾਡੇ ਕੋਲ ਜ਼ਮੀਨ ਨਹੀਂ ਹੈਗੀ, ਅਸੀਂ ਡੇਅਰੀ ਫਾਰਮਿੰਗ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਹੈਗੀ ਆ, ਠੀਕ ਹੈ, ਟੱਚ ਵੁੱਡ, ਮਤਲਬ ਵੀ ਆਪਣਾ ਹਰਾ ਚਾਰਾ ਘਰ ਦਾ, ਤਾਂ ਮੈਂ ਉਹ ਕਦੇ ਪ੍ਰੋਬਲਮ ਫੇਸ ਹੀ ਨਹੀਂ ਕੀਤੀ ਹੈਗੀ। ਤਾਂ ਜਿਹੜੀ ਮੈਂ ਪ੍ਰੋਬਲਮ ਫੇਸ ਹੀ ਨਹੀਂ ਕੀਤੀ, ਮੈਂ ਕਦੇ ਐਕਸਪੀਰੀਅੰਸ ਨਹੀਂ ਕੀਤੀ, ਮੈਂ ਉਹਦੇ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ ਹੈਗਾ, ਮੇਰਾ ਨਹੀਂ ਹੈਗਾ ਉਹ ਮਤਲਬ ਵੀ ਫੀਲਡ, ਤਾਂ ਉਹ ਚੀਜ਼ ਬਾਰੇ ਸੋਰੀ। ਅਤੇ ਜੇ ਤੁਸੀਂ ਡੇਅਰੀ ਫਾਰਮਿੰਗ 'ਚ ਆਉਣਾ ਚਾਹੁੰਦੇ ਹੋ ਨਾ, ਅਤੇ ਬਟ ਮਤਲਬ ਵੀ ਬੰਦਿਆਂ ਦੀ ਪ੍ਰੋਬਲਮ ਆਉਂਦੀ, ਹੋਰ ਆਉਂਦੀ ਹੈ, ਤਾਂ ਇੱਕ ਮਾਡਲ ਹੋਰ ਆ, ਤੁਸੀਂ ਨਾ ਛੋਟੀ ਕੱਟੀਆਂ ਖਰੀਦ ਕੇ ਉਹਨੂੰ ਤਿਆਰ ਕਰਕੇ ਵੇਚ ਸਕਦੇ ਹੋ। ਨਾ ਤਾਂ ਤੁਹਾਨੂੰ ਧਾਰਾਂ ਵਾਸਤੇ ਬੰਦੇ ਚਾਹੀਦੇ ਨੇ, ਨਾ ਹੋਰ ਕੁਛ ਹੋਊਗਾ, ਬਸ ਉਹਨਾਂ ਨੇ ਖਿਲਾਉਣਾ ਪਿਲਾਉਣਾ, ਪ੍ਰੈਗਨੈਂਟ ਕਰਨਾ ਅਤੇ ਵੇਚਣਾ, ਠੀਕ ਆ। ਇਹ ਵੀ ਮਾਡਲ ਹੋ ਸਕਦਾ ਤੁਸੀਂ ਜੇ ਡੇਅਰੀ ਫਾਰਮਿੰਗ ਕਰਨੀ ਆ, ਪਰ ਉਹ 'ਚ ਆਏ ਆ ਵੀ 3 ਸਾਲ ਲੱਗਣਗੇ ਕੱਟੀਆਂ ਨੂੰ ਤਿਆਰ ਹੋਣ ਨੂੰ, 3 ਜਾਂ 2 ਜੋ ਵੀ ਆ, ਤਾਂ ਉਹਨੇ ਟਾਈਮ ਵਾਸਤੇ ਉਹਨਾਂ ਨੂੰ ਖਿਲਾਉਣ ਪਿਲਾਉਣ ਵਾਸਤੇ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ। ਜਦ ਇੱਕ ਵੀ ਕੱਟੀ ਤਿਆਰ ਹੋ ਕੇ ਵਿਕ ਗਈ, ਤਾਂ ਉਹ ਇੱਕ ਕੱਟੀ ਅਗਲੇ 10 ਕੱਟੀਆਂ ਨੂੰ ਪਾਲ ਲੂਗੀ, ਤਾਂ ਉਹ 2 ਸਾਲ ਵਾਸਤੇ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ ਵੀ ਉਹਨਾਂ ਨੂੰ ਖਿਲਾਉਣਾ ਪਿਲਾਉਣਾ ਕਿਵੇਂ, ਜਦ ਤੱਕ ਇਨਕਮ ਸ਼ੁਰੂ ਨਹੀਂ ਹੁੰਦੀ ਤਾਂ ਉਵੇਂ ਤੁਸੀਂ ਕਰ ਸਕਦੇ ਹੋ। ਤਾਂ ਡੇਅਰੀ ਫਾਰਮਿੰਗ 0 ਤੋਂ ਕਿਵੇਂ ਸਟਾਰਟ ਕਰਨੀ ਹੈ, 0-1 'ਤੇ ਜਾਣਾ, 1-2 'ਤੇ ਜਾਣਾ, ਠੀਕ ਆ, 2-3 'ਤੇ ਜਾਣਾ, 3-4 'ਤੇ ਜਾਣਾ। ਮੈਂ ਤਾਂ ਨਾ ਗਲਤੀਆਂ ਹੋ ਜਾਂਦੀਆਂ ਨੇ ਬੋਲਦੇ ਹੋਏ, ਠੀਕ ਆ, ਫੰਬਲ ਹੋ ਜਾਂਦਾ, ਹੋਰ ਹੋ ਜਾਂਦਾ, ਪਰ ਮੈਂ ਵੀਡੀਓ ਕੱਟ ਕੇ ਦੁਬਾਰਾ ਤੋਂ ਨਹੀਂ ਬਣਾਉਣਾ ਚਾਹੁੰਦਾ ਹੈਗਾ। ਮੇਰਾ ਇਹ ਨਹੀਂ ਹੈਗਾ ਵੀ ਮੈਂ ਬਹੁਤ ਪਰਫੈਕਟ ਵੀਡੀਓ ਬਣਾ ਕੇ, ਬਹੁਤ ਤਕੜੇ ਸਟੂਡੀਓ 'ਚ ਬਣਾ ਕੇ, ਬਹੁਤ ਮਤਲਬ ਵੀ ਤਕੜੇ ਕੈਮਰੇ ਨਾਲ ਬਣਾ ਕੇ ਤੁਹਾਨੂੰ ਦਿਖਾਵਾਂ, ਠੀਕ ਆ। ਮੇਰਾ ਇਹ ਆ ਵੀ ਜੋ ਮੇਰੇ 'ਚ ਨੌਲੇਜ ਹੈਗੀ ਆ, ਕੋਈ ਮੇਰੀ ਸੋਚ ਆ, ਉਹ ਤੁਹਾਡੇ ਨਾਲ ਸ਼ੇਅਰ ਕਰਾਂ, ਬਸ ਇੰਨਾ ਕੁ ਪਰਪਸ ਆ, ਦੈਟਸ ਇਟ। ਅਤੇ ਇਹ ਯੂਟਿਊਬ ਚੈਨਲ ਨਾਲ ਮੈਨੂੰ ਲੱਗਦਾ ਪਰਫੈਕਟ ਐਗਜ਼ਾਮਪਲ ਆ ਵੀ ਤੁਹਾਨੂੰ ਕੋਈ ਫੈਂਸੀ ਇਕਵਿਪਮੈਂਟ ਨਹੀਂ ਚਾਹੀਦਾ, ਫੈਂਸੀ ਜਗ੍ਹਾ ਨਹੀਂ ਚਾਹੀਦੀ, ਫੈਂਸੀ ਲੋਕੇਸ਼ਨ ਨਹੀਂ ਚਾਹੀਦਾ ਹੈਗਾ, ਅਤੇ ਸਿਰਫ ਨੌਲੇਜ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਬੋਲ ਕੀ ਰਹੇ, ਲੋਕਾਂ ਨੂੰ ਦੱਸ ਕੀ ਰਹੇ ਹੋ, ਅਤੇ ਤੁਹਾਡਾ ਚੈਨਲ ਚੱਲ ਜੂਗਾ, ਕੋਈ ਬੜੀ ਗੱਲ ਨਹੀਂ ਹੈਗੀ, ਠੀਕ ਆ। ਤਾਂ ਡੇਅਰੀ ਫਾਰਮਿੰਗ 0 ਤੋਂ ਸਟਾਰਟ ਕਰੋ, ਆਪ ਸਿੱਖੋ, ਕਿਸੇ ਤੋਂ ਪੁੱਛੋ ਨਾ, ਠੀਕ ਆ। ਹਰ ਬੰਦੇ ਦਾ ਐਕਸਪੀਰੀਅੰਸ ਸਾਡਾ, ਹਰ ਬੰਦੇ ਦਾ ਸੋਚ ਅਲੱਗ ਆ, ਹਰ ਬੰਦੇ ਦਾ ਕੰਮ ਕਰਨ ਦਾ ਤਰੀਕਾ ਅਲੱਗ ਆ, ਹਰ ਬੰਦੇ ਦਾ ਏਰੀਆ ਅਲੱਗ ਆ। ਤੁਸੀਂ 10 ਕਿਲੋਮੀਟਰ ਏਰੀਏ ਤੋਂ ਅੱਗੇ ਜਾਓਗੇ ਨਾ, ਤੁਹਾਡੀ ਡਾਇਟ ਚੇਂਜ ਹੋਜੂਗੀ, ਠੀਕ ਆ, ਖਾਣ ਦਾ ਤਰੀਕਾ ਚੇਂਜ ਹੋਜੂਗਾ, ਇਹ ਲੈਂਗੁਏਜ ਚੇਂਜ ਹੋ ਜਾਂਦੀ ਹੈ, ਡਾਇਟ ਤਾਂ ਫਿਰ ਵੀ ਛੋਟੀ ਜਿਹੀ ਗੱਲ ਆ, ਠੀਕ ਆ। ਤਾਂ ਜੇ ਤੁਸੀਂ ਮੈਸ ਦੂਰੋਂ ਲੈ ਕੇ ਆਏ ਹੋ, ਹੋਰ ਲੈ ਕੇ ਆਏ ਹੋ, ਤੁਸੀਂ ਸਪੋਜ਼ ਕਰੋ ਆਪਣੇ ਤੋਂ 50 ਕਿਲੋਮੀਟਰ ਦੂਰੋਂ ਮੈਸ ਲੈ ਕੇ ਆਏ ਹੋ, ਅਤੇ ਉੱਥੇ ਉਹ 18-20 ਕਿਲੋ ਦਿੰਦੇ ਸੀ, ਤੁਹਾਡੇ ਕੋਲ ਅੱਗੇ ਘੱਟ ਦੁੱਧ ਲੈਣ ਲੱਗ ਗਈ, ਕਿਉਂਕਿ ਉਹਦਾ ਹਲੇ ਜੀ ਨਹੀਂ ਲੱਗਿਆ, ਉਹਨੂੰ ਹਲੇ ਐਡਜਸਟ ਨਹੀਂ ਹੋਈ ਹੈਗੀ। ਆਪਾਂ ਕਹਿੰਦੇ ਨਹੀਂ ਹੈਗੇ ਵੀ ਦਾਣਾ ਪਾਣੀ ਬਦਲ ਗਿਆ ਜਾਂ ਪਾਣੀ ਨਹੀਂ ਹਜਮ ਆਏ ਹੈਗੇ ਕਿਸੇ ਏਰੀਏ ਦਾ, ਤਾਂ ਉਹਦਾ ਜੀ ਲੱਗਣ ਨੂੰ ਟਾਈਮ ਲੱਗੂਗਾ, 1 ਸਾਲ ਉਹਨੂੰ ਐਡਜਸਟ ਹੋਣ ਨੂੰ ਲੱਗੂਗਾ। ਉਹ ਕੋਈ ਧੋਖਾ ਨਹੀਂ ਹੋਇਆ ਹੈਗਾ ਤੁਹਾਡੇ ਨਾਲ ਵੀ ਉੱਥੇ 18 ਕਿਲੋ ਦਿੰਦੇ ਸੀ, ਤੁਹਾਡੇ ਕੋਲ ਆ ਕੇ 12 ਦੇਣ ਲੱਗ ਗਈ, ਉਹ ਹੌਲੀ ਹੌਲੀ ਜੀ ਲਾਊਗੀ, ਹੌਲੀ ਹੌਲੀ ਇੱਥੇ ਦੀ ਡਾਇਟ 'ਤੇ ਐਡਜਸਟ ਹੋਊਗੀ, ਫਿਰ ਉਹ ਦੁੱਧ ਦੇਣ ਲੱਗੂਗੀ, ਠੀਕ ਆ। ਤਾਂ ਆਪਣਾ ਆਪ ਐਕਸਪੈਰੀਮੈਂਟ ਕਰੋ, ਆਪਣੇ ਆਪ ਕੰਮ 'ਚ ਵੜੋ, ਸਿੱਖੋ, ਕੋਈ ਤੁਹਾਨੂੰ ਉਂਗਲ ਫੜ ਕੇ ਨਹੀਂ ਸਿਖਾ ਸਕਦਾ ਹੈਗਾ। ਜੇ ਸਿਖਾ ਵੀ ਦਈਏ, ਜੋ ਚੀਜ਼ ਤੁਸੀਂ ਸਿੱਖੀ ਹੋਊਗੀ ਉਹ ਚੀਜ਼ ਤੁਹਾਡੇ 'ਤੇ ਅਪਲਾਈ ਨਹੀਂ ਹੋਊਗੀ, ਠੀਕ ਆ, ਫਰਕ ਆ। ਤਾਂ ਆਪ ਸਿੱਖੋ, ਆਪਣੇ ਐਕਸਪੀਰੀਅੰਸ ਤੋਂ ਸਿੱਖੋ। ਮੈਂ ਕੋਈ ਡਿਗਰੀ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ, ਬਸ ਫੀਲਡ 'ਚ ਰਹਿ ਕੇ ਸਿੱਖਿਆ, ਕੰਮ ਕਰਕੇ ਸਿੱਖਿਆ, ਤਾਂ ਕਰਕੇ ਨੌਲੇਜ ਆ, ਠੀਕ ਆ। ਜਾਂ ਮੈਂ ਕਹਿ ਦਾਂ ਵੀ ਮੈਂ ਐਗਰੀਕਲਚਰ 'ਚ ਕੋਈ ਡਿਗਰੀ ਕੀਤੀ ਹੈ, ਜਾਂ ਮੈਂ
एक पशु तो स्टार्ट करो, एक्सपीरियंस लो, फिर एक पशु होर लैके आओ, एक पशु होर लैके आओ, आए कर करके ग्रो कर लो। कोई बड़ी गल नहीं, कोई इन्नी रॉकेट साइंस नहीं है, हो जूगा। ठीक है, तो थैंक यू सो मच वीडियो देखने वास्ते। वधिया लगी लाइक कर दिओ, तो जिदे ना शेयर करनी चाहिए शेयर कर दिओ, तो जे तुसी चैनल दे नवे हो पहली बार आए हो तो चैनल नूं सबसक्राइब कर दिओ। थैंक यू सो मच वीडियो देखने वास्ते जी।